ਹਾਂਜੀ ਤੁਹਾਡਾ ਹਾਰਦਿਕ ਸਵਾਗਤ ਹੈ ਪੰਜਾਬੀ ਸਾਹਿਤਕ ਸਰਗਰਮੀਆਂ ਦੇ ਉੱਪਰ ਤਾਂ UGC NET ਮਾਸਟਰ ਕੇਡਰ ਪੰਜਾਬੀ ਦੇ ਲਈ ਆਪਣਾ ਜਿਹੜਾ ਹੈ ਅੱਜ ਦੀ ਵੀਡੀਓ ਦਾ ਵਿਸ਼ਾ ਰਹੇਗਾ ਪੰਜਾਬੀ ਨਾਟਕ ਭਾਗ ਦੂਜਾ ਪਾਵ ਇਸ ਤੋਂ ਪਹਿਲਾਂ ਜਿਹੜਾ ਇੱਕ ਵੀਡੀਓ ਦੇ ਵਿੱਚ ਸਵਾਲ ਕੁਝ ਤੁਹਾਡੇ ਸਨਮੁਖ ਰੱਖੇ ਸੀ ਤੇ ਦੋਸਤਾਂ ਨੇ ਇੱਕ ਸ਼ਿਕਾਇਤ ਕੀਤੀ ਕਿ ਸਵਾਲ ਬਹੁਤ ਘੱਟ ਸਰ ਹੁੰਦੇ ਨੇ ਇਸ ਕਰਕੇ ਥੋੜੇ ਜੇ ਸਵਾਲ ਵਧਾਏ ਜਾਣ ਤਾਂ ਇਸ ਕਰਕੇ ਜਿਹੜਾ ਹੈ ਥੋੜੀ ਲੰਬੀ ਵੀਡੀਓ ਹੋ ਜਾਂਦੀ ਹੈ ਕੋਈ ਗੱਲ ਨਹੀਂ ਆਪਾਂ ਜਿਹੜਾ ਹੈ ਸਵਾਲਾਂ ਨੂੰ ਪਾਰਟ 2 ਪਾਰਟ 3 ਜਿੰਨੇ ਵੀ ਆਪਣੇ ਕੋਲੇ ਸਵਾਲ ਹੁੰਦੇ ਹੋਏ ਤੁਹਾਡੇ ਨਾਲ ਸਾਂਝੇ ਕਰਾਂਗੇ ਤਾਂ ਅੱਜ ਆਪਾਂ ਪੰਜਾਬੀ ਨਾਟਕ ਦੇ ਨਾਲ ਸੰਬੰਧਿਤ ਸਵਾਲ ਕਰਨੇ ਨੇ ਪਹਿਲਾ ਭਾਗ ਤੁਸੀਂ ਨਹੀਂ ਦੇਖਿਆ ਤਾਂ ਦੇਖ ਸਕਦੇ ਹੋ ਕਿਉਂਕਿ ਹੁਣ ਜਦ ਨੈੱਟ ਦਾ ਪੇਪਰ ਹੋਣਾ ਉਹਦੇ ਲਈ ਤੁਸੀਂ ਆਪਣੀ ਪ੍ਰੈਕਟਿਸ ਕਰ ਸਕਦੇ ਹੋ ਇਹਨਾਂ ਦੇ ਜਰੀਏ ਨਾਲ-ਨਾਲ ਜਿਹੜਾ ਹੈ ਤੁਸੀਂ ਆਪਣੇ ਗਿਆਨ ਨੂੰ ਪਰਖ ਸਕਦੇ ਹੋ ਕਿ ਕਿੰਨੀ ਕੁ ਤਿਆਰੀ ਤੁਸੀਂ ਕਰ ਚੁੱਕੇ ਹੋ ਹਾਂਜੀ ਜਿਹੜੇ ਦੋਸਤ ਨਵੇਂ ਜੁੜੇ ਨੇ ਜਾਂ ਮਾਸਟਰ ਕੈਟਰ ਦੀ ਤਿਆਰੀ ਵੀ ਕਰਨਾ ਚਾਹੁੰਦੇ ਨੇ ਉਹ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣ ਤਾਂ ਜੋ ਨਵੀਆਂ ਅਪਲੋਡ ਹੁੰਦੀਆਂ ਵੀਡੀਓ ਜਿਹੜਾ ਹੈ ਸਪੈਸ਼ਲ ਵੀ ਮਾਸਟਰ ਕੈਟਰ ਦੇ ਨਾਲ ਸੰਬੰਧਿਤ ਵੀਡੀਓ ਅਪਲੋਡ ਕਰਾਂਗੇ ਇਹਨਾਂ ਦੇ ਵਿੱਚੋਂ ਵੀ ਸਵਾਲ ਹੋ ਸਕਦੇ ਨੇ ਹਾਂਜੀ ਤਾਂ ਅੱਜ ਦਾ ਆਪਣਾ ਜਿਹੜਾ ਵਿਸ਼ਾ ਰਹੇਗਾ ਪੰਜਾਬੀ ਨਾਟਕ ਦੇ ਨਾਲ ਸੰਬੰਧਿਤ ਸਵਾਲ ਹਾਂਜੀ ਪਹਿਲਾ ਸਵਾਲ ਤੁਹਾਡੀ ਸਕਰੀਨ ਦੇ ਉੱਪਰ ਹੈ ਲੋਰਕਾ ਦਾ ਨਾਟਕ ਬਲੱਡ ਵੈਂਡਿੰਗ ਨੂੰ ਪੰਜਾਬੀ ਵਿੱਚ ਅਨਵਾਦ ਕਿਸ ਲੇਖਕ ਨੇ ਕੀਤਾ ਡਾਕਟਰ ਸतीश ਕੁਮਾਰ ਵਰਮਾ ਸਰਜੀਤ ਪਾਤਰ ਡਾਕਟਰ ਜਗਤਾਰ ਹਰਪਜਨ ਸਿੰਘ ਤਾਂ ਇਸ ਦਾ ਰਾਈਟ ਜਿਹੜਾ ਆਨਸਰ ਹੈ ਉਹ ਹੈ ਸਰਜੀਤ ਪਾਤਰ ਜੀ ਨੇ ਇਸ ਨੂੰ ਜਿਹੜਾ ਹੈ ਇਸ ਨਾਟਕ ਨੂੰ ਪੰਜਾਬੀ ਦੇ ਵਿੱਚ ਅਨਵਾਦ ਕੀਤਾ ਤਾਂ ਜਦੋਂ ਇਸ ਤਰ੍ਹਾਂ ਦੇ ਨਾਮ ਦਿੱਤੇ ਹੋਏ ਤਾਂ ਜਿਹੜਾ ਹੈ ਸਰਜੀਤ ਪਾਤਰ ਨੂੰ ਜਿਹੜਾ ਹੈ ਕਲਿੱਕ ਕਰਨਾ অপਸ਼ਨ ਨੂੰ ਤੁਹਾਨੂੰ ਥੋੜਾ ਔੜ ਲੱਗਦਾ ਹੋਗਾ ਪਰ ਇਹਨਾਂ ਦਾ ਹੀ ਇਹ ਜਿਹੜਾ ਅਨਵਾਦ ਕੀਤਾ ਨਾਟਕ ਹੈ ਇੱਕ ਨਾਟਕ ਦੇ ਨਾਲ ਸੰਬੰਧਿਤ ਮੈਂ 4-5 ਪੁਆਇੰਟ ਲਿਖਾਉਣ ਲੱਗਿਆ ਉਹ ਜ਼ਰੂਰੀ ਨੋਟ ਕਰ ਲਓ ਤੁਹਾਨੂੰ ਜਿਹੜਾ ਹੈ ਬਹੁਤ ਮੁਸ਼ਕਲ ਦੇ ਨਾਲ ਇਹ ਮਿਲਨੇ ਨੇ ਅਕਸਰ ਇਹ ਸਵਾਲ ਪੁੱਛਿਆ ਜਾਂਦਾ ਹੈ ਹਾਂਜੀ ਪਹਿਲਾ ਹੈ ਐਮਟਾ ਲੇਰ ਦਾ ਸੰਚਾਲਨ ਨੌਰਾ ਰਿਚਰਡ ਨੇ ਕੀਤਾ ਇਸ ਤੋਂ ਅੱਗੇ ਹੈ ਸਟ੍ਰਿੰਗ ਬਰਗ ਦਾ ਥੀਏਟਰ ਜਿਹੜਾ ਹੈ ਸਟ੍ਰਿੰਗ ਬਰਗ ਦਾ ਥੀਏਟਰ ਚਿੰਨਵਾਦੀ ਹੈ ਮੈਟਰ ਲਿੰਕ ਦਾ ਥੀਏਟਰ ਵੀ ਚਿੰਨਵਾਦੀ ਹੈ ਮੈਟਰ ਲਿੰਕ ਦਾ ਥੀਏਟਰ ਵੀ ਚਿੰਨਵਾਦੀ ਹੈ ਐਂਤੋ ਆਰਤੋ ਐਂਤੋਨਿਕ ਆਰਤੋ ਜਿਹੜੇ ਨੇ ਇਹਨਾਂ ਦਾ ਥੀਏਟਰ ਆਫ ਕਿਰਲਟੀ ਜਿਹਨੂੰ ਆਪਾਂ ਹੰਗਾਮੀ ਥੀਏਟਰ ਕਹਿੰਦੇ ਆ ਪੰਜਾਬੀ ਦੇ ਵਿੱਚ ਉਹਦੇ ਨਾਲ ਸੰਬੰਧਤ ਨਹੀਂ ਬਰਤੋਲਟ ਬ੍ਰੈਖਟ ਬਰਟੋਲਟ ਬ੍ਰੈਖਟ ਜਿਹੜੇ ਨੇ ਐਪਿਕ ਥੀਏਟਰ ਦੇ ਨਾਲ ਸੰਬੰਧਿਤ ਨੇ ਸੈਮੂਅਲ ਬੈਕਟ ਸੈਮੂਅਲ ਬੈਕਟ ਅਬਸਰਡਵਾਦੀ ਜਿਹੜਾ ਅਬਸਰਡ ਜਿਹੜਾ ਥੀਏਟਰ ਉਸ ਦੇ ਨਾਲ ਸੰਬੰਧਿਤ ਨੇ ਇਬਸਨ ਦਾ ਜਿਹੜਾ ਥੀਏਟਰ ਹੈ ਯਥਾਰਥਵਾਦੀ ਥੀਏਟਰ ਹੈ ਇਹ ਨੋਟ ਜ਼ਰੂਰ ਕਰ ਲੈਣਾ ਇਹਨਾਂ ਦੇ ਵਿੱਚੋਂ ਇੱਕ ਸਵਾਲ ਹਰ ਵਾਰ ਪੁੱਛਿਆ ਜਾਂਦਾ ਹੈ ਹਾਂਜੀ ਨੈਕਸਟ ਆਪਣੇ ਕੋਲੇ ਹੈ ਇਤਿਹਾਸਕ ਨਾਟਕਾਂ ਦੇ ਜੋਟ ਦੀ ਪਛਾਣ ਕਰੋ ਹਾਂਜੀ ਤਾਂ ਇਹਨਾਂ ਨੂੰ ਤੁਸੀਂ ਇਨਾਂ ਦੇ ਵਿੱਚੋਂ ਆਪਸ਼ਨ ਚੂਜ਼ ਕਰੋ ਇਤਿਹਾਸਕ ਨਾਟਕਾਂ ਦਾ ਜਿਹੜਾ ਜੋਟ ਸਹੀ ਕਿਹੜਾ ਹੋ ਸਕਦਾ ਹੈ ਹਾਂਜੀ ਇਸ ਦੇ ਵਿੱਚ ਮੋਇਆਸਾਰ ਨਕਾਈ ਚੋ ਅਜੇ ਸੁੱਕਾ ਨਹੀਂ ਚੋ ਅਜੇ ਸੁੱਕਾ ਨਹੀਂ ਗੁਰਦਿਆਲ ਸਿੰਘ ਫੁੱਲ ਦਾ ਨਾਟਕ ਹੈ ਮੋਇਆਸਾਰ ਨਾ ਕੋਈ ਸੰਤ ਸਿੰਘ ਸੇਖੋਂ ਹਾਂਜੀ ਨੈਕਸਟ ਹੈ ਨਿਕੋਲ ਦਵਾਰਾ ਕੀਤੀ ਸੁਖਾੰਤ ਦੀ ਉਪਵੰਡ ਦਾ ਜੋਟ ਚੁਣੋ ਕਿ ਜਿਹੜੀ ਨਕੋਲ ਦੇ ਦੁਆਰਾ ਸਖਾਂਤ ਦੀ ਉਪਵੰਡ ਕੀਤੀ ਗਈ ਹੈ ਇਹਨਾਂ ਨਿਮਨਲਿਖਤ ਦੇ ਵਿੱਚੋਂ ਕਿਹੜੇ-ਕਿਹੜੇ ਸੰਕਲਪ ਉਸ ਦੇ ਵਿੱਚ ਸ਼ਾਮਲ ਹੁੰਦੇ ਨੇ ਹਾਂਜੀ ਇਸ ਦਾ ਰਾਈਟ ਜਿਹੜਾ ਆਨਸਰ ਬਣੇਗਾ ਆਪਸ਼ਨ ਨੰਬਰ 2 ਰਮਾਂਚਿਕ ਸਖਾਂਤ ਹਾਸੇ ਮਖੌਲ ਦਾ ਸਖਾਂਤ ਸੰਜੀਦਾ ਸਖਾਂਤ ਤਾਂ ਆਪਸ਼ਨ ਨੰਬਰ 2 ਇਸ ਦਾ ਰਾਈਟ ਹੈ ਰਮਾਂਚਿਕ ਸੁਖਾਂਤ ਹਾਸੇ ਮਖੌਲ ਦਾ ਸੁਖਾਂਤ ਸੁਜੀਦਾ ਸੰਜੀਦਾ ਸੁਖਾਂਤ ਅਜੀ ਨੈਕਸਟ ਹੈ ਬૌਧਿਕ ਤਰਕਵਾਦੀ ਪੱਖ ਤੋਂ ਲਿਖੇ ਗਏ ਸੰਤ ਸਿੰਘ ਸੇਖੋਂ ਦੇ ਨਾਟਕ ਦੀ ਚੋਣ ਕਰੋ ਦਮਯੰਤੀ ਕਲਾਕਾਰ ਮੋਇਆਂਸਾਰ ਨਕਾਈ ਭੂਦਾਨ ਤਾਂ ਇਹਨਾਂ ਦੇ ਵਿੱਚੋਂ ਬૌਧਿਕ ਤਰਕਵਾਦੀ ਪੱਖ ਤੋਂ ਜਿਹੜਾ ਨਾਟਕ ਲਿਖਿਆ ਗਿਆ ਹੈ ਸੰਤ ਸਿੰਘ ਸੇਖੋਂ ਦਾ ਉਹ ਹੈ ਦਮਯੰਤੀ ਇਸ ਦਾ ਰਾਈਟ ਆਨਸਰ ਹੈ ਹਾਂਜੀ ਨੈਕਸਟ ਆਪਣੇ ਕੋਲੇ ਸਵਾਲ ਹੈ नक्सਲਵਾੜੀ ਲਹਿਰ ਨਾਲ ਸੰਬੰਧਿਤ ਨਾਟਕ ਬੁਝਾਰਤ ਦਰਦਵਾਰਾਂ ਹਰੀਜਨ ਵਸਮਾਦਨਾਦ ਹਾਂਜੀ ਇਹਨਾਂ ਦੇ ਵਿੱਚੋਂ ਰਾਈਟ অপਸ਼ਨ ਜਿਹੜੀ ਹੈ ਹਰੀਜਨ ਹਰਜਨ ਸੌਰੀ ਹਰਜਨ ਹਾਂਜੀ ਹਰਜਨ ਜਿਹੜਾ ਨਾਟਕ ਹੈ ਇਹ ਸਰਜੀਤ ਹਾਂਸ ਜੀ ਦਾ ਕਾਵਿ ਨਾਟਕ ਹੈ ਸਰਜੀਤ ਹਾਂਸ ਜੀ ਦਾ ਕਾਵਿਨਾਟਕ ਇਸ ਤੋਂ ਇਲਾਵਾ ਉਹਨਾਂ ਦੇ ਹੋਰ ਜਿਹੜੇ ਨਾਟਕ ਨੇ ਜਿਉਣਾ ਮੋੜ ਨੌਕਰੀ ਸਾਹਿਬ ਜਿਉਣਾ ਮੋੜ ਨੌਕਰੀ ਸਾਹਿਬ ਇਹ ਵੀ ਜਿਹੜੇ ਨਾਟਕ ਨੇ ਸਰਜੀਤ ਹਾਂਸ ਜੀ ਦੇ ਨੇ ਕਾਵਿਨਾਟਕ ਨੇ ਧਿਆਨ ਰੱਖਣਾ ਹਾਂਜੀ ਨੈਕਸਟ ਹੈ ਰਾਜਾ ਐਡੀਪਸ ਬਾਦਸ਼ਾਹ ਨਾਟਕ ਦਾ ਪੰਜਾਬੀ ਅਨਵਾਦ ਕਿਸ ਨੇ ਕੀਤਾ ਸੰਤ ਸਿੰਘ ਸੇਖੋਂ ਮੋਹਨ ਸਿੰਘ ਪਰਮਿੰਦਰ ਸਿੰਘ ਗਰਦਿਆਲ ਸਿੰਘ ਰਾਜਾ ਈਡੀਪਸ ਬਾਦਸ਼ਾਹ ਨਾਟਕ ਦਾ ਪੰਜਾਬੀ ਵਿੱਚ ਅਨਵਾਦ ਮੋਹਨ ਸਿੰਘ ਨੇ ਕੀਤਾ ਹਾਂਜੀ ਨੈਕਸਟ ਆਪਣੇ ਕੋਲੇ ਹੈ ਆਧੁਨਿਕ ਇਤਿਹਾਸ ਨੂੰ ਦਰਸਾਉਂਦੇ ਇਤਿਹਾਸਿਕ ਨਾਟਕਾਂ ਦਾ ਨਾਟਕ ਦੀ ਚੋਣ ਕਰੋ ਅਸ਼ੋਕ ਚੰਦਰ ਗੋਪਤ ਰਾਜਾ ਪੋਰਸ ਚੋ ਅਜੇ ਸੁੱਕਾ ਨਹੀਂ ਤਾਂ ਇਸ ਦਾ ਰਾਈਟ ਆਨਸਰ ਹੈ ਆਧੁਨਿਕ ਇਤਿਹਾਸ ਨੂੰ ਦਰਸਾਉਂਦਾ ਨਾਟਕ ਚੋ ਅਜੇ ਸੁੱਕਾ ਨਹੀਂ ਇਹ 1982 ਦੇ ਵਿੱਚ ਗਰਦਿਆਲ ਸਿੰਘ ਫੁੱਲ ਦੇ ਦੁਆਰਾ ਲਿਖਿਆ ਗਿਆ ਸੀ ਇਸ ਤੋਂ ਇਲਾਵਾ ਉਹਨਾਂ ਦੇ ਹੋਰ ਕਾਫੀ ਸਾਰੇ ਨਾਟਕ ਨੇ ਔਰ ਪੰਜਾਬੀ ਨਾਟਕ ਨਾਲ ਸੰਬੰਧਿਤ ਸਧਾਂਦਿਕ ਪੁਸਤਕਾਂ ਵੀ ਨੇ ਉਹਨਾਂ ਦੀਆਂ ਹਾਂਜੀ ਤੇ ਇਸ ਤੋਂ ਇਲਾਵਾ ਵਾਰਿਸ਼ਾ 1987 ਦੇ ਵਿੱਚ ਬਾਪੂ ਹਾਂਜੀ ਇਹ ਜਿਹੜੇ ਨਾਟਕ ਨੇ ਸਾਰੇ ਗਰਦਿਆਲ ਸਿੰਘ ਫੁੱਲ ਦੇ ਨੇ ਹਾਂਜੀ ਨੈਕਸਟ ਆਪਣੇ ਕੋਲੇ ਹੈ ਸੁਖਾਂਤ ਨਾਟਕ ਵਿੱਚ ਟੱਕਰ ਹੁੰਦੀ ਹੈ ਬਾਹਰ ਮੁਖੀ ਰੂਪ ਵਿੱਚ ਸਿੱਧੇ ਰੂਪ ਵਿੱਚ ਗੁੰਝਲਦਾਰ ਰੂਪ ਵਿੱਚ ਅੰਤਰਮੁਖੀ ਰੂਪ ਵਿੱਚ ਅੰਤਰਮੁਖੀ ਰੂਪ ਵਿੱਚ ਸੁਖਾਂਤ ਨਾਟਕ ਵਿੱਚ ਟੱਕਰ ਜਿਹੜੀ ਹੁੰਦੀ ਆ ਉਹ ਬਾਹਰ ਮੁਖੀ ਬਾਹਰ ਮੁਖੀ ਰੂਪ ਦੇ ਵਿੱਚ ਹੁੰਦੀ ਆ ਹਾਂਜੀ ਨੈਕਸਟ ਸਵਾਲ ਦੇਖਦੇ ਆਂ ਪੰਜਾਬੀ ਦਾ ਪਹਿਲਾ ਸਮਾਜਿਕ ਅਤੇ ਸੁਧਾਰਕ ਸਮਾਜਿਕ ਅਤੇ ਸੁਧਾਰਕ ਨਾਟਕ ਕਿਹੜਾ ਲਿਖਿਆ ਗਿਆ ਅਨਜੋੜ ਦੋਸ਼ ਚੰਦਰਹਰੀ ਖੇਡਣ ਦੇ ਦਿਨ ਚਾਰ ਪੰਜਾਬੀ ਦਾ ਪਹਿਲਾ ਸਮਾਜਿਕ ਤੇ ਸੁਧਾਰਵਾਦੀ ਨਾਟਕ ਤਾਂ ਇਸ ਦਾ ਰਾਈਟ ਜਿਹੜਾ ਆਨਸਰ ਹੈ ਚੰਦਰਹਰੀ ਕਿੰਨਾ ਦਾ ਨਾਟਕ ਹੈ ਬਾਬਾ ਬੋਧ ਸਿੰਘ ਦਾ ਮੌਲਿਕ ਨਾਟਕ ਹੈ ਚੰਦਰਹਰੀ ਸੁੰਦਰੀ ਛਲ ਹਰੀਸ਼ਚੰਦਰ ਇਹ ਵੀ ਜਿਹੜੇ ਨਾਟਕ ਨੇ 바ਵਾ ਬੋਤ ਸਿੰਘ ਦੇ ਨੇ ਹਾਂਜੀ ਨੈਕਸਟ ਹੈ ਸਵਾਲ ਆਪਣੇ ਕੋਲੇ ਮਰਦ ਮਰਦ ਨਹੀਂ ਤੀਵੀ ਤੀਵੀ ਨਹੀਂ ਨਾਟਕ ਦਾ ਸੰਬੰਧ ਹੈ ਆਧੁਨਿਕਵਾਦ ਨਾਲ ਐਬਸਰਡਵਾਦ ਦੇ ਨਾਲ ਨਾਰੀਵਾਦ ਨਾਲ ਉਤਰ ਆਧੁਨਿਕਤਾਵਾਦ ਦੇ ਨਾਲ ਮਰਦ ਮਰਦ ਨਹੀਂ ਤੀਵੀ ਤੀਵੀ ਨਹੀਂ ਨਾਟਕ ਦਾ ਸਬੰਧ ਪੁੱਛਿਆ ਹਾਂਜੀ ਇਸ ਦਾ ਜਿਹੜਾ ਸਬੰਧ ਹੈ ਅਬਸਰਡਵਾਦ ਦੇ ਨਾਲ ਹੈ ਹਾਂਜੀ ਕੁਝ ਪੁਆਇੰਟ ਹੋਰ ਨੋਟ ਕਰੋ ਆ ਭਾਰਤੀ ਸਾਇਤ ਕਦਮੀ ਪੁਰਸਕਾਰ ਜਿਹੜੇ ਨਾਟਕ ਦੇ ਖੇਤਰ ਦੇ ਵਿੱਚ ਮਿਲੇ ਨੇ ਆਪਾਂ ਬੈਕ ਤੋਂ ਚੱਲਾਂਗੇ 2016 ਦੇ ਵਿੱਚ ਸਵਰਾਜਬੀਰੀ ਸਵਰਾਜਵੀਰ ਨੂੰ ਮੱਸੀਆ ਦੀ ਰਾਤ ਤੇ 2016 ਦੇ ਵਿੱਚ ਸਾਇਦ ਕਦਮੀ ਅਵਾਰਡ ਮਿਲਿਆ ਆਤਮਜੀਤ ਨੂੰ ਤਤੀ ਤਵੀ ਦਾ ਸੱਚ 2009 ਦੇ ਵਿੱਚ ਮਿਲਿਆ ਇਸ਼ਕ ਬਾਜ਼ ਨਮਾਜ਼ ਦਾ ਹੱਜ ਨਹੀਂ ਇਹ ਜਿਹੜਾ ਇਹਨਾਂ ਦਾ ਨਾਟਕ ਸੰਗ੍ਰਹਿ ਆ ਇਹਦੇ ਵਿੱਚ ਹੋਰ ਕਾਫੀ ਸਾਰੇ ਜਿਹੜੇ ਲਘੂ ਨਾਟਕ ਨੇ ਅਜਮੇਰ ਆ ਲਖਦਾ 2006 ਦੇ ਵਿੱਚ ਮਿਲਿਆ ਸ਼ਹੀਦ ਭਗਤ ਸਿੰਘ ਚਰਨ ਦਾ ਸਿੱਧੂ ਨੂੰ 2003 ਦੇ ਵਿੱਚ ਮਿਲਿਆ ਕਪੂਰ ਸਿੰਘ ਕੁਮਲ ਨੂੰ ਪਾਗਲ ਲੋਕ 1984 ਦੇ ਵਿੱਚ ਕੱਲ ਅੱਜ ਤੇ ਭਲਕ ਹਰਚਰਨ ਸਿੰਘ ਨੂੰ 1973 ਦੇ ਵਿੱਚ ਸੰਤ ਸਿੰਘ ਸੇਖੋ ਨੂੰ ਮਿੱਤਰ ਪਿਆਰਾ 1972 ਦੇ ਵਿੱਚ ਗਾਰਗੀ ਨੂੰ ਰੰਗਮঞ্চ ਪੁਸਤਕ ਦੇ ਉੱਪਰ 1962 ਦੇ ਵਿੱਚ ਮਿਲਿਆ ਔਰ ਇਸੇ ਤਰ੍ਹਾਂ ਹੀ 1967 ਦੇ ਵਿੱਚ ਸ਼ਿਵ ਕੁਮਾਰ ਨੂੰ ਲੂਣਾ ਕਾਵਨਾਟਕ ਤੇ ਜਿਹੜਾ ਇਹ ਸਹਿਤ ਕਾਦਮੀ ਪੁਰਸਕਾਰ ਦਿੱਤਾ ਗਿਆ ਹਾਂਜੀ ਉਮੀਦ ਹੈ ਵੀਡੀਓ ਤੁਹਾਨੂੰ ਪਸੰਦ ਆਈ ਹੋਵੇਗੀ ਲਾਈਕ ਜਰੂਰ ਕਰੋ ਨਾਲ ਨਾਲ ਆਪਣੇ ਦੋਸਤਾਂ ਦੇ ਨਾਲ ਸ਼ੇਅਰ ਕਰਿਆ ਕਰੋ ਜਲਦ ਹੀ ਇੱਕ ਵੀਡੀਓ ਹੋਰ ਲੈ ਕੇ ਤੁਹਾਡੇ ਸਾਹਮਣੇ ਹੋਵਾਂਗਾ ਤਾਂ ਤਦ ਤੱਕ ਦੇ ਲਈ ਸਤਿ ਸ਼੍ਰੀ ਅਕਾਲ